ਹਾਂਜੀ ਵੇਖੋ ਭਾਅ ਜੀ, ਬਹੁਤ ਹੀ ਦਰਦਨਾਕ ਹਾਦਸਾ ਹੋਇਆ। ਇਹ ਅੰਮ੍ਰਿਤ ਸਕੂਲ ਲਾਗੇ ਖੱਬੇ ਰਾਜਪੂਤਾਂ ਤੋਂ ਚੌਂਕ ਜਿਹੜਾ ਬੀਤੀਆਂ ਸੜਕਾਂ ਦੀ ਅੰਮ੍ਰਿਤ ਸਕੂਲ, ਉਹਦੇ ਲਾਗੇ ਬਹੁਤ ਦਰਦਨਾਕ ਹਾਦਸਾ ਹੋਇਆ। ਇੱਕ ਕਿਸੇ ਨੇ ਕਿਸਾਨ ਨੇ ਅੱਗ ਲਾਈ ਨਾੜ ਨੂੰ, ਅਤੇ ਉਹਦੇ ਕਰਕੇ ਗੱਡਾ ਪਿਆ ਹੁੰਦਾ ਹਾਦਸਾ। ਤਿੰਨਾਂ ਜਾਣਿਆਂ ਦੀ ਮੌਤ ਹੋ ਗਈ ਭਾਈ। ਦੇਖੋ ਭਾਅ ਜੀ, ਬਹੁਤ ਹੀ ਭਿਆਨਕ ਹਾਦਸਾ, ਕਿੰਨਾ ਜਾਣਿਆਂ ਦੀ ਮੌਤ ਹੋ ਗਈ। ਪਾਣੀ ਪਾਓ ਯਾਰ, ਭੱਜ ਗਏ ਬਹੁਤ ਮਾੜੀ ਗੱਲ ਹੋਈ ਭਾਅ ਜੀ, ਤਿੰਨਾਂ ਜਾਣਿਆਂ ਦੀ ਮੌਤ ਹੋ ਗਈ ਭਾਅ ਜੀ। ਹਾਂਜੀ, ਬੱਚਾ ਵੀ ਹੈ ਭਾਅ ਜੀ। ਓਏ ਹੋਏ ਹੋਏ ਭਾਅ ਜੀ, ਬੱਚੇ ਦੇ ਉੱਤੋਂ ਦੀ ਟਰੱਕ ਲੰਘਿਆ, ਪਤਾ ਨਹੀਂ ਕੀ ਕੌਣ ਲੰਘਿਆ ਜੀ, ਬੱਚਾ ਫਿਸ ਗਿਆ ਜੀ। ਬੜਾ ਭੈਣ, ਹਾਂਜੀ, ਬਹੁਤ ਮਾੜੀ ਗੱਲ ਹੋਈ ਭਾਅ ਜੀ। ਅੱਗ ਲਾਈ ਸੜਕ 'ਤੇ ਕਿਸੇ ਨੇ ਖੱਬੇ ਆ, ਖੱਬੇ ਰਾਜਪੂਤਾਂ ਦੀ ਜਿਹੜੀ ਸਹੀ ਅੰਮ੍ਰਿਤ ਸਕੂਲ ਆ, ਉਹਦੇ ਲਾਗੇ ਅੱਗ ਲਾਈ ਪਾਣੀ ਨੂੰ, ਧੂੰਏ ਦੀ ਲਪੇਟ ਵਿੱਚ ਆ ਕੇ ਵਿਚਾਰਿਆਂ ਦਾ ਐਕਸੀਡੈਂਟ, ਬਹੁਤ ਭਿਆਨਕ ਐਕਸੀਡੈਂਟ ਹੋਇਆ ਭਾਅ ਜੀ। ਧੂੰਆਂ ਸੀਗਾ, ਧੂੰਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਹੈ, ਮੇਰੇ ਮਾਮੀ ਜੀ, ਮੇਰਾ ਛੋਟਾ ਬ੍ਰਦਰ ਅਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ, ਉੱਧਰੋਂ ਆ ਰਹੇ ਸੀ ਅਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂੰਏ ਦੀ ਆੜ 'ਚ ਦਰੜ ਕੇ ਚਲਾ ਗਿਆ, ਅਤੇ ਤਿੰਨਾਂ ਦੀ ਦਰਦਨਾਕ ਮੌਤ ਹੋਈ ਹੈ, ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ 'ਚ। ਬੇਟਾ ਸੀ ਨਾਲ, ਉਹਦੀ ਮਾਮੀ ਜੀ ਸਾਡੀ ਡੇੜੀ ਦੇ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਵੀ ਹਾਦਸਾ ਹੋਇਆ ਇਹਦੇ 'ਚ ਸਾਰਾ ਪਰਿਵਾਰ ਖਤਮ ਹੋ ਚੁੱਕਾ, ਠੀਕ ਹੈ ਜੀ, ਨਾ ਤਾਂ ਵੰਸ਼ ਰਿਹਾ ਅਤੇ ਨਾ ਜਿਹੜਾ ਇਨਕਮ ਕਰਨ ਵਾਲਾ ਸੋਰਸ ਸੀ ਜਾਂ ਕੁਛ ਨਾ ਕੁਛ, ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ। ਪ੍ਰਸ਼ਾਸਨ ਤੋਂ ਮੰਗ ਇਹੋ ਹੀ ਆ ਵੀ ਜਾਂ ਤਾਂ ਜਿੰਨੇ ਮਤਲਬ ਇਹ ਕਾਨੂੰਨੀ ਹਰਕਤ ਕੀਤੀ ਆ ਹਾਦਸੇ ਦਾ, ਜਿਹੜਾ ਮੇਨ ਰੋਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਰਲ ਲਿਆ, ਜਿਹਦੇ ਕਰਕੇ ਤਿੰਨਾਂ ਦੀ ਮੌਤ ਹੋਈ ਆ, ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੀ ਕਾਰਵਾਈ ਹੋਣੀ ਚਾਹੀਦੀ ਆ ਉਸ ਕਿਸਾਨ ਦੇ, ਜਿਸ ਕਿਸਾਨ ਨੇ ਬਿਨਾਂ ਸੋਚੇ ਸਮਝੇ ਸਭ ਕੁਛ ਪਾਬੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ, ਨਾੜ ਨੂੰ ਅੱਗ ਲਗਾਈ, ਜਿਹਦੀ ਲਪੇਟ 'ਚ ਆਉਣ ਕਾਰਨ ਇੱਕ ਘਰ ਦੇ 3 ਚਿਰਾਗ ਪੁੱਜੇ ਨੇ, ਜਿਹਦੇ ਘਰ ਦੇ ਵਿੱਚ ਕੁਛ ਨਹੀਂ ਰਹਿ ਗਿਆ। ਅਸੀਂ ਵੱਧ ਤੋਂ ਵੱਧ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖ਼ਤ ਤੋਂ ਸਜ਼ਾ ਹੋਣੀ ਚਾਹੀਦੀ ਆ, ਇਨਸਾਫ਼ ਦਿੱਤਾ ਜਾਵੇ ਪਰਿਵਾਰ ਨੂੰ ਜਿਹੜੇ ਬੱਚੇ ਜੀ ਨੇ। ਬਿਲਕੁਲ ਖਤਮ ਹੋ ਗਿਆ, ਬਿਲਕੁਲ ਕੁਛ ਵੀ ਨਹੀਂ ਜੀ, ਇੱਕ ਜੀ ਰਹਿ ਗਿਆ ਵਾ ਉਸ, ਮਤਲਬ ਸਾਡੇ ਵੀਰ ਦੀ ਵਾਈਫ ਰਹਿ ਗਈ ਜਿਹੜੀ, ਮਗਰ ਉਹ ਕੀ ਕਰ ਸਕਦੀ, ਨਾ ਤਾਂ ਉਹ ਇਨਕਮ ਕਰਦਾ, ਨਾ ਕੋਈ ਇਨਕਮ ਦਾ ਸੋਰਸ ਆ, ਅਤੇ ਨਾ ਕੁਛ ਹੋਰ ਕਰ ਸਕਦੀ ਹੈ। ਇਸ ਚੀਜ਼ ਦੀ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਘਰ ਦੇ 3 ਜੀ ਚੱਲ ਗਏ ਆ, ਇਹਦਾ ਕੁਛ ਨਾ ਕੁਛ ਤਾਂ ਸੋਚਿਆ ਜਾਵੇ, ਇਕੱਲੀਆਂ ਫੋਕੇ ਵਾਅਦੇ ਨਾ ਰਹਿਣ ਜਾਂ ਫੋਕੀਆਂ ਗੱਲਾਂ ਨਾ ਰਹਿਣ ਸਰਕਾਰ ਦੀਆਂ, ਵੀ ਅਸੀਂ ਉਹਦਾ ਸਾਥ ਦੇਵਾਂ, ਕੀ ਸਾਥ ਦੇ ਸਕਦੇ। ਦੇਖੋ ਜੀ, ਹਾਦਸਾ ਇਸ ਤਰ੍ਹਾਂ ਕਿ ਅੱਜ ਦਾ ਜਿਹੜਾ ਬੜਾ ਦਰਦਨਾਕ ਹਾਦਸਾ ਹੈ, ਇਹ ਹਾਦਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ, ਬਿਲਕੁਲ ਰੋਡ ਦੇ ਉੱਪਰ ਹਾਦਸਾ ਜਿਹੜਾ ਹੋਇਆ, ਅਤੇ ਬਹੁਤ ਜ਼ਿਆਦਾ ਧੂੰਆਂ ਸੀਗਾ, ਧੂੰਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਹੈ, ਮੇਰੇ ਮਾਮੀ ਜੀ, ਮੇਰਾ ਛੋਟਾ ਬ੍ਰਦਰ ਅਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ, ਉੱਧਰੋਂ ਆ ਰਹੇ ਸੀ ਅਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂੰਏ ਦੀ ਆੜ 'ਚ ਦਰੜ ਕੇ ਚਲਾ ਗਿਆ,
ਤੇ ਤਿੰਨਾਂ ਦੀ ਦਰਦਨਾਕ ਮੌਤ ਹੋਈ ਹੈ, ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ 'ਚ। ਦੇਖੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਦੇਖੋ ਇਹੋ ਜਿਹੇ ਦਰਦਨਾਕ ਹਾਦਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ, ਅਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ। ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜ ਕੱਲ੍ਹ ਦੇਖੋ, ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ, ਔਨ ਡਿਊਟੀ ਸੀਗਾ, ਅਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਆ, ਉਹਨਾਂ ਦੀ ਮਿਸੇਜ ਜਿਹੜੀ ਉਹਨੂੰ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ।